ਅਸਲਾਮ ਵਾਲੇਕੁਮ ਜੀ, ਪੰਜਾਬ ਪੀਕੇ ਦੀ ਸਾਰੀ ਟੀਮ ਵੱਲੋਂ ਖੁਸ਼ਾਮਦੀਦ। ਔਰ ਬਾਰਿਸ਼ਾਂ ਕਾਫੀ ਹੋਈਆਂ ਨੇ, ਉਹਦੀ ਵਜ੍ਹਾ ਤੋਂ ਲੋਕਾਂ ਨੇ ਜਿਹੜਾ ਨਾ ਫੈਸਲਾ ਕੀਤਾ ਕਿ ਮੂੰਜੀ ਲਾ ਲਈ ਜਾਏ ਅਤੇ ਤੁਹਾਡੇ ਸਾਹਮਣੇ ਢੱਗਿਆਂ ਦੇ ਨਾਲ ਜਿਹੜਾ ਨਾ ਉਹ ਕੱਦ ਹੋ ਰਿਹਾ, ਕੱਦੂ ਵੀ ਕਹਿੰਦੇ ਨੇ। ਇੱਕ ਸਾਈਡ 'ਤੇ ਮੂੰਜੀ ਜਿਹੜੀ ਹੈ ਨਾ ਉਹ ਲੱਗ ਵੀ ਚੁੱਕੀ ਹੈ। ਟਰੈਕਟਰ ਨਾਲ ਵੀ ਕੱਦ ਕੀਤਾ ਜਾਂਦਾ, ਅੱਛਾ ਜੀ। ਇਹ ਇੱਕ ਹੋਰ ਸਾਡੇ ਪਿੰਡ ਦੇ ਵਿੱਚ ਜੋਗ ਹੈ, ਜਿਹੜੀ ਦੂਸਰੀ ਜੋਗ ਹੈ। ਔਰ ਬਸ ਪਿੰਡ ਦੇ ਵਿੱਚ ਦੋ ਹੀ ਜੋਗਾਂ ਨੇ ਹੁਣ ਰਹਿ ਗਈਆਂ ਨੇ, ਬਸ ਬਾਕੀ ਸਭ ਲੋਕਾਂ ਨੇ ਜਿਹੜੇ ਨਾ ਉਹ ਖਤਮ ਕਰ ਦਿੱਤਾ। ਕੋਈ ਵੀ ਹੁਣ ਢੱਗਿਆਂ ਦੇ ਨਾਲ ਵਾਹੀ ਬੀਜ ਕੋਈ ਨਹੀਂ ਕਰਦਾ, ਸਿਰਫ ਦੋ ਹੀ ਜੋਗਾਂ ਨੇ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਰਹਿ ਗਈਆਂ।